ਗੁਰੂ ਨਾਨਕ ਦੇਵ ਜੀ ਇਹ ਸਾਡਾ ਇਤਿਹਾਸ ਹੈ। ਦੋ ਵੱਡੀ ਦਾਤਾਂ ਦਰਗਾਹ ਤੋਂ ਲੈ ਕੇ ਆਏ ਨੇ। ਇਹ ਤੁਹਾਨੂੰ ਪਤਾ ਹੈ ਧਰਤੀ ਦੀ ਮੰਗ ਸੀ। ਪਹਿਲੀ ਮੰਗ ਕਿ ਬਾਬਾ ਜੀ ਆਪ ਜੀ ਨੇ ਬਹੁਤ ਰੂਪ ਭੇਜ ਦਿੱਤੇ, ਹੁਣ ਰੂਪ ਨਾ ਭੇਜਿਓ, ਆਪ ਆਇਓ। ਗੁਰੂ ਨਾਨਕ ਦੇਵ ਜੀ ਨੇ ਫਰਿਆਦ ਸੁਣੀ, ਧਰਤੀ ਤੇ ਆਏ। ਦੂਸਰੀ ਮੰਗ ਸੀ ਧਰਤੀ ਦੀ ਕਿ ਬਾਬਾ ਜੀ ਆਇਓ ਜਾਇਓ ਨਾ। ਬਾਬਾ ਜੀ ਨੇ ਇਹ ਵੀ ਮੰਗ ਪੂਰੀ ਕੀਤੀ, ਕਹਿੰਦੇ ਆਵਾਂਗੇ ਜਾਵਾਂਗੇ ਨਹੀਂ। ਅੱਜ ਕਿਸ ਰੂਪ ਵਿੱਚ ਨੇ ਗੁਰੂ ਨਾਨਕ ਦੇਵ ਜੀ? ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਸਾਰੇ ਆਖੋ ਵਾਹਿਗੁਰੂ। ਇਹ ਦੋ ਮੰਗਾਂ ਸਨ, ਦੋ ਵੱਡੀ ਦਾਤਾਂ ਜੋ ਦਰਗਾਹ ਤੋਂ ਗੁਰੂ ਸਾਹਿਬ ਜੀ ਲੈ ਕੇ ਆਏ, ਜੋ ਇਸ ਸਮੇਂ ਅੱਤ ਲੋੜ ਹੈ ਔਰ ਸਿੱਖ ਕੌਮ ਤੋਂ ਨਿਕਲਦੀ ਜਾ ਰਹੀ ਹੈ। ਕਲੇਸ਼ ਹੀ ਇਸ ਚੀਜ਼ ਦੇ ਨੇ, ਲੜਾਈ ਇਸ ਗੱਲ ਦੀ ਹੈ। ਅਗਰ ਇਹ ਚੀਜ਼ ਸਾਡੇ ਅੰਦਰ ਆ ਜਾਏ ਤੇ ਕਲੇਸ਼ ਹੀ ਨਾ ਪੈਣ। ਵੱਡਾ ਕਲੇਸ਼ ਹੀ ਹੈ ਕਿ ਮੇਰੀ ਸੁਣਨੀ ਚਾਹੀਦੀ ਹੈ, ਮੇਰੀ ਚੱਲਣੀ ਚਾਹੀਦੀ ਹੈ। ਜਦੋਂ ਮੇਰੀ ਨਹੀਂ ਚੱਲੇਗੀ ਤੇ ਕਲੇਸ਼ ਪਏਗਾ ਹੀ ਪਏਗਾ। ਸਾਰੇ ਆਖੋ ਵਾਹਿਗੁਰੂ। ਚਾਰ ਲੋਕ ਬੈਠੇ ਨੇ, ਪੰਜ ਲੋਕ ਬੈਠੇ ਨੇ, ਪੰਜਾਂ ਵਿੱਚੋਂ ਇੱਕ ਸੋਚਦਾ ਵੇ ਕਿ ਮੇਰੀ ਜ਼ਿਆਦਾ ਚੱਲੇ। ਚੱਲਣੀ ਤੇ ਉਹਦੀ ਹੈ ਜਿਹਦੀ ਗੁਰੂ ਨੂੰ ਮਨਜ਼ੂਰ ਹੈ ਜਾਂ ਜੋ ਚੰਗੀ ਹੈ, ਜਾਂ ਹੋ ਸਕਦਾ ਕਿਸੇ ਦਬਾਅ ਵਿੱਚ ਚੱਲ ਜਾਏ। ਲੇਕਿਨ ਜਦੋਂ ਸਾਡੇ ਦਿਮਾਗ ਵਿੱਚ ਇਹ ਆਉਂਦਾ ਕਿ ਸਾਡੀ ਚੱਲੇ ਔਰ ਨਹੀਂ ਚੱਲ ਰਹੀ, ਤੇ ਸਮਝ ਲਓ ਕਲੇਸ਼ ਆਉਣਾ ਸ਼ੁਰੂ ਹੋ ਗਿਆ। ਸਾਰੇ ਆਖੋ ਵਾਹਿਗੁਰੂ। ਸਭ ਤੋਂ ਵੱਡੀ ਦਾਤ ਜੋ ਸਾਨੂੰ ਇਸ ਸਮੇਂ ਬਹੁਤ ਲੋੜ ਹੈ ਸਾਰਿਆਂ ਨੂੰ, ਔਰ ਮਾਣ ਹੋਣਾ ਚਾਹੀਦਾ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਸਾਡੇ ਲਈ ਲੈ ਕੇ ਆਏ ਨੇ, ਲੇਕਿਨ ਸਿੱਖਾਂ ਤੋਂ ਜਾਈ ਜਾ ਰਹੀ ਹੈ, ਉਹ ਸਭ ਤੋਂ ਵੱਡੀ ਦਾਤ ਨਿਮਰਤਾ ਦੀ ਦਾਤ। ਸਾਰੇ ਆਖੋ ਵਾਹਿਗੁਰੂ। 100 ਵਿੱਚੋਂ 75% ਹਿਰਦੇ ਦੀ ਗਰੀਬੀ ਗੁਰੂ ਨਾਨਕ ਦੇਵ ਜੀ ਦਰਗਾਹ ਤੋਂ ਲੈ ਕੇ ਆਏ ਸੀ ਮਾਤ ਲੋਕ ਵਿੱਚ। ਲੇਕਿਨ ਅੱਜ ਦੇਖਿਆ ਜਾਏ ਨਾ, ਸਿੱਖਾਂ ਤੋਂ ਜ਼ਿਆਦਾ ਹੰਕਾਰੀ ਕੋਈ ਨਹੀਂ। ਸਿੱਖਾਂ ਦਾ ਮੁਰਸ਼ਦ ਗਰੀਬੀ ਦਾ ਵੇਸ਼ ਲੈ ਕੇ ਆਇਆ ਹੈ, ਔਰ ਉਹ ਮੁਰਸ਼ਦ ਦੇ ਜੋ ਬੱਚੇ ਨੇ ਉਹ ਇਤਨੇ ਹੰਕਾਰੀ ਹੋ ਚੁੱਕੇ ਨੇ। ਇਸ ਸਮੇਂ ਕਿਸੇ ਨੂੰ ਰੂਪ ਦਾ ਹੰਕਾਰ, ਕਿਸੇ ਨੂੰ ਮਾਇਆ ਦਾ ਹੰਕਾਰ, ਕਿਸੇ ਨੂੰ ਅਹੁਦੇ ਦਾ ਹੰਕਾਰ, ਕਿਸੇ ਨੂੰ ਮਹਿੰਗੀ ਗੱਡੀਆਂ ਦਾ ਹੰਕਾਰ, ਕਿਸੇ ਨੂੰ ਜੋ ਅੱਛਾ ਬੋਲ ਲੈਂਦਾ ਉਸ ਚੀਜ਼ ਦਾ ਹੰਕਾਰ, ਇਹ ਸਾਡੇ ਅੰਦਰ ਕਈ ਤਰੀਕੇ ਦੇ ਹੰਕਾਰ ਨੇ। ਗੁਰੂ ਨਾਨਕ ਦੇਵ ਜੀ ਗਰੀਬੀ ਲੈ ਕੇ ਆਏ, ਅਸੀਂ ਗਰੀਬੀ ਤੋਂ ਦੂਰ ਜਾਈ ਜਾ ਰਹੇ ਹਾਂ। ਇਹ ਨਹੀਂ ਕਿ ਚੰਗੇ ਕੱਪੜੇ ਨਹੀਂ ਪਹਿਨਣੇ, ਚੰਗੇ ਕੱਪੜੇ ਪਹਿਨੋ, ਲੇਕਿਨ ਦਿਖਾਉਣ ਲਈ ਨਹੀਂ, ਆਪਣੇ ਆਪ ਨੂੰ ਸਵਾਰਨ ਲਈ। ਚੰਗੇ ਕੱਪੜੇ ਪਹਿਨਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗੇ ਮੋਬਾਈਲ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਰੋਟੀ ਖਾਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗੇ ਮਕਾਨ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ। ਅਸੀਂ ਗ੍ਰਸਤੀ ਹਾਂ, ਇਸ ਚੀਜ਼ ਦੀ ਸਾਨੂੰ ਲੋੜ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਸੀ ਕਿ ਸਿੱਖ ਦੀ ਮਾਇਆ ਜੇਬ ਟਿਕਣ ਰਹੇ, ਜਿਸ ਦਿਨ ਹਿਰਦੇ ਤੇ ਬਹਿ ਜਾਏਗੀ ਨਾ, ਫਿਰ ਉਸ ਦਿਨ ਕੰਮ ਖਰਾਬ ਹੈ। ਮਾਇਆ ਹੋਣਾ ਅੱਛੀ ਗੱਲ ਹੈ, ਲੇਕਿਨ ਉਹ ਜੇਬ ਟਿਕਣ ਹੀ ਰਹੇ ਤਾਂ ਠੀਕ ਹੈ। ਜਿਸ ਦਿਨ ਹਿਰਦੇ ਤੇ ਬਹਿ ਜਾਏ ਨਾ, ਫਿਰ ਅਸੀਂ ਆਪਣੇ ਤੋਂ ਛੋਟੇ ਨੂੰ ਕੁਛ ਨਹੀਂ ਸਮਝਦੇ। ਇੱਕ ਪਹਿਲੀ ਦਾਤ ਨਿਮਰਤਾ, ਦੂਸਰੀ ਦਾਤ ਜੋ ਆਪ ਜੀ ਨੇ ਪੜ੍ਹੀ ਹੈ ਮੂਲ ਮੰਤਰ ਦੀ ਦਾਤ। ਮੂਲ ਮੰਤਰ ਕਿਤਨਾ ਵੱਡਾ ਵੇ ਇਹ ਸੁਣਿਓ ਫਿਰ ਸਮਾਪਤੀ। ਇੱਕ ਬਾਬਾ ਗੁਰਮੁਖ ਸਿੰਘ ਜੀ ਹੋਏ ਨੇ, ਪਹਿਲੇ ਵੀ ਆਪ ਜੀ ਨੇ ਜ਼ਿਕਰ ਸੁਣਿਆ ਹੋਏਗਾ, ਪਟਿਆਲੇ ਵਾਲੇ ਬਾਬਾ ਗੁਰਮੁਖ ਸਿੰਘ ਜੀ। ਅਤੇ ਬਾਬਾ ਜੀ ਕੈਨੇਡਾ ਗਏ, ਕਾਰ ਸੇਵਾ ਵਾਲੇ ਸਨ। ਅਤੇ ਬਾਬਾ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਂਦੇ ਸੀ ਅਤੇ ਸੰਗਤ ਮਾਇਆ ਦਾ ਢੇਰ ਅੱਗੇ ਲਗਾ ਦਿੰਦੇ ਸੀ। ਬਾਬਾ ਜੀ ਕੈਨੇਡਾ ਗਏ, ਇੱਕ ਉਹਨਾਂ ਦੀ ਸੰਗੀ ਬੀਬੀ ਉਹਨਾਂ ਦੇ ਘਰ ਰੁਕੇ। ਉਹਨਾਂ ਦੇ ਘਰ ਵਿੱਚ ਇੱਕ ਬੀਬੀ ਸਾਡੇ ਘਰ ਕੀਰਤਨੀ ਜਾਂ ਕੋਈ ਮਹਾਂਪੁਰਸ਼ ਆਏ ਤੇ ਪੁੱਛ ਲੈਂਦਾ, ਦੱਸੋ ਅਰਦਾਸ ਕਿਸ ਚੀਜ਼ ਦੀ ਕਰਨੀ ਹੈ। ਤੇ ਉਸ ਬੀਬੀ ਨੂੰ ਵੀ ਬਾਬਾ ਗੁਰਮੁਖ ਸਿੰਘ ਜੀ ਨੇ ਪੁੱਛ ਲਿਆ, ਬੀਬੀ ਗੁਰਦੀਪ ਕੌਰ ਨੂੰ, ਕਹਿੰਦੇ ਦੱਸ ਅਰਦਾਸ ਕਿਸ ਚੀਜ਼ ਦੀ ਕਰਨੀ ਹੈ। ਉਹਨੇ ਇੱਕ ਮਿੰਟ ਨਹੀਂ ਲਗਾਇਆ, ਕਾਪੀ ਤੇ ਪੈਨ ਹੱਥ ਵਿੱਚ ਫੜਿਆ ਹੋਇਆ ਸੀ, ਕਹਿੰਦੇ ਬਾਬਾ ਜੀ ਇਹ ਕਾਪੀ ਤੇ ਇਹ ਪੈਨ, ਮੈਂ ਤੁਹਾਨੂੰ ਅਰਦਾਸ ਬੋਲ ਰਹੀ ਹਾਂ, ਤੁਸੀਂ ਅਰਦਾਸ ਲਿਖੀ ਜਾਓ। ਬਾਬਾ ਜੀ ਮੁਸਕੁਰਾਈ ਜਾਣ, ਕਹਿੰਦੇ ਐਵੇਂ ਬੋਲਦੇ ਚੜ੍ਹਦੀ ਕਲਾ ਦੀ ਅਰਦਾਸ ਕਰਨੀ, ਐਵੇਂ ਬੋਲਦੇ ਬੱਚਿਆਂ ਦੀ ਅਰਦਾਸ ਕਰਨੀ ਹੈ, ਐਵੇਂ ਬੋਲਦੇ ਦੇਹ ਰੋਗਤਾ ਦੀ ਅਰਦਾਸ ਕਰਨੀ ਹੈ? ਕਹਿੰਦੇ ਨਹੀਂ ਬਾਬਾ ਜੀ, ਅਰਦਾਸਾਂ ਬਹੁਤ ਨੇ ਤੇ ਤੁਸੀਂ ਲਿਖੀ ਜਾਓ।
ਹੁਣ ਇਹ ਜੋ ਮੈਂ ਤੁਹਾਨੂੰ ਜ਼ਿਕਰ ਸੁਣਾ ਰਿਹਾ, ਆਪ ਜੀ ਯੂਟਿਊਬ ਤੇ ਜਾਇਓ, ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਮੂਲ ਮੰਤਰ ਦੀ ਵਡਿਆਈ ਪਾਇਓ, ਇਹ ਸਾਰਾ ਜ਼ਿਕਰ ਆ ਜਾਏਗਾ। ਜਦੋਂ ਬਾਬਾ ਜੀ ਨੇ ਅਰਦਾਸ ਲਿਖਣਾ ਸ਼ੁਰੂ ਕੀਤੀ ਤੇ ਕਹਿੰਦੇ ਕਹਿੰਦੇ ਬਾਬਾ ਜੀ ਪਹਿਲੀ ਅਰਦਾਸ, ਇਸ ਚੀਜ਼ ਤੋਂ ਅਸੀਂ ਬਚ ਕੇ ਰਹੀਏ। ਪਹਿਲੀ ਅਰਦਾਸ ਕਹਿੰਦੀ ਕਹਿੰਦੀ ਬਾਬਾ ਜੀ ਮੈਂ ਆਪਣੀ ਸੱਸ ਤੋਂ ਬਹੁਤ ਦੁਖੀ ਹਾਂ। ਸਾਰੇ ਆਖੋ ਵਾਹਿਗੁਰੂ। ਸੱਸ ਮਾਂ ਵਰਗੀ ਹੁੰਦੀ ਹੈ, ਜਿਵੇਂ ਸਾਡੀ ਮਾਂ ਵੇ ਉਵੇਂ ਸੱਸ ਹੈ। ਅਗਰ ਸਾਡੀ ਮਾਂ ਝਿੜਕ ਦੇ, ਸਾਡੀ ਮਾਂ ਡਾਂਟ ਦੇ ਤੇ ਅਸੀਂ ਸੁਣ ਲੈਂਦੇ ਹਾਂ, ਤੇ ਸੱਸ ਦੀ ਕਿਉਂ ਨਹੀਂ ਸੁਣਦੇ? ਸੱਸ ਮਾਂ ਵਰਗੀ ਹੁੰਦੀ ਹੈ, ਇਸ ਚੀਜ਼ 'ਚ ਨਹੀਂ ਆਉਣਾ। ਲੇਕਿਨ ਉਹਨੇ ਭੋਲੇ ਪਾ ਲਿਖਾ ਦਿੱਤਾ, ਕਹਿੰਦੇ ਬਾਬਾ ਜੀ ਮੈਂ ਸੱਸ ਤੋਂ ਦੁਖੀ ਹਾਂ। ਅਸੀਂ ਮਾਂ ਨਾਲ ਪਿਆਰ ਕਰਦੇ ਹਾਂ ਤੇ ਮਾਂ ਦੀ ਹਰ ਗੱਲ ਸੁਣਦੇ ਹਾਂ। ਮਾਂ ਨੇ ਤੇ 20 ਸਾਲ ਹੀ ਪਾਲਿਆ, 25 ਸਾਲ ਪਾਲਿਆ, ਸੱਸ ਤੇ ਪੂਰੀ ਜ਼ਿੰਦਗੀ ਪਾਲਦੀ ਹੈ। ਫਿਰ ਸਾਡਾ ਕਰਤੱਵ ਅਸੀਂ ਉਹਦੀ ਸੁਣੀਏ। ਤੇ ਕਹਿੰਦੇ ਬਾਬਾ ਜੀ ਪਹਿਲੀ ਇਹ ਅਰਦਾਸ ਕਿ ਮੈਂ ਸੱਸ ਤੋਂ ਦੁਖੀ ਹਾਂ, ਕਿਰਪਾ ਕਰੋ ਜੋ ਸੱਸ ਤੋਂ ਮੈਨੂੰ, ਮੈਂ ਨਹੀਂ ਬੋਲਣਾ ਚਾਹੁੰਦਾ ਜੋ ਉਹਨੇ ਬੋਲਿਆ। ਦੂਸਰੀ ਬੇਨਤੀ, ਕਹਿੰਦੇ ਬਾਬਾ ਜੀ ਦੂਸਰੀ ਬੇਨਤੀ ਵੀ ਲਿਖ ਲਓ। ਕਹਿੰਦੇ ਬਾਬਾ ਜੀ ਮੇਰਾ ਪਤੀ ਹੈ, ਰੋਜ਼ ਸ਼ਰਾਬ ਪੀ ਕੇ ਆਉਂਦਾ, ਸ਼ਰਾਬ ਪੀ ਕੇ ਬਾਬਾ ਜੀ ਗਾਲੀ ਗਲੋਚ ਕੱਢਦਾ ਤੇ ਮੈਨੂੰ ਬਹੁਤ ਕੁੱਟਦਾ, ਮੈਂ ਬਹੁਤ ਦੁਖੀ ਹਾਂ, ਇਹਦੇ ਤੋਂ ਵੀ ਮੇਰਾ ਖੇੜਾ ਛੁੱਟੇ। ਦੂਜੀ ਅਰਦਾਸ ਵੀ ਲਿਖ ਲਈ। ਤੀਜੀ ਅਰਦਾਸ, ਕਹਿੰਦੇ ਬਾਬਾ ਜੀ ਦੋ ਪੁੱਤਰ ਨੇ, ਦੋਨੋਂ ਕਹਿਣੇ ਵਿੱਚ ਨਹੀਂ, ਇਤਨਾ ਜਵਾਬ ਦਿੰਦੇ ਨੇ ਮੈਂ ਪਰੇਸ਼ਾਨ ਹੋ ਚੁੱਕੀ ਹਾਂ, ਇਹਨਾਂ ਦੀ ਵੀ ਅਰਦਾਸ ਕਰ ਦਿਓ ਕਿ ਇਹ ਠੀਕ ਹੋ ਜਾਣ। ਤੀਜੀ ਅਰਦਾਸ ਬਾਬਾ ਜੀ ਨੇ ਲਿਖ ਦਿੱਤੀ। ਕਹਿੰਦੇ ਚੌਥੀ ਅਰਦਾਸ, ਬਾਬਾ ਜੀ ਇੱਕ ਧੀ ਹੈ, ਉਹਦੇ ਪੇਪਰ ਹੋਣ ਵਾਲੇ ਨੇ, ਚੰਗੇ ਮਾਰਕਸ ਵਿੱਚ ਪਾਸ ਹੋ ਜਾਏ, ਉਹ ਵੀ ਅਰਦਾਸ ਕਰ ਦਿਓ। ਚਾਰ ਅਰਦਾਸਾਂ, ਬਾਬਾ ਜੀ ਨੇ ਹੱਥ ਜੋੜਿਆ, ਕਹਿੰਦੇ ਅਰਦਾਸ ਮੁੱਕ ਗਈ, ਹੁਣ ਅਰਦਾਸ ਸ਼ੁਰੂ ਕਰੀਏ? ਕਹਿੰਦੇ ਬਾਬਾ ਜੀ ਅਜੇ ਨਹੀਂ, ਅਜੇ ਤਾਂ ਚਾਰ ਹੀ ਹੋਏ, ਅਜੇ ਬਾਕੀ ਨੇ, ਲਿਖੋ। ਕਹਿੰਦੇ ਲਿਖਾ। ਕਹਿੰਦੀ ਪੰਜਵੀਂ ਅਰਦਾਸ, ਕਹਿੰਦੇ ਬਾਬਾ ਜੀ ਮੇਰੇ ਗੁਆਂਢੀ ਨੇ, ਇਹ ਬੜਾ ਪਰੇਸ਼ਾਨ ਕਰਦੇ ਨੇ, ਇਹਨਾਂ ਦੀ ਵੀ ਆਪ ਜੀ ਅਰਦਾਸ ਕਰੋ ਕਿ ਜਾਂ ਤਾਂ ਇਹ ਠੀਕ ਹੋ ਜਾਣ ਜਾਂ ਸਾਡਾ ਮਕਾਨ ਬਦਲ ਜਾਏ। ਸਾਰੇ ਆਖੋ ਵਾਹਿਗੁਰੂ। ਬਾਬਾ ਜੀ ਅਰਦਾਸ ਲਿਖੀ ਜਾਣ ਤੇ ਨਾਲ ਨਾਲ ਮੁਸਕੁਰਾਈ ਜਾਣ। ਕਹਿੰਦੇ ਤੇਰੇ ਤੋਂ ਵੱਡਾ ਕੋਈ ਦੁਖੀ ਨਹੀਂ ਦੇਖਿਆ, ਸਾਰੇ ਦੁੱਖ ਤੈਨੂੰ ਹੀ ਆ ਗਏ ਨੇ। ਪੰਜ ਅਰਦਾਸਾਂ ਲਿਖੀਆਂ। ਕਹਿੰਦੇ ਕੋਈ ਛੇਵੀਂ ਅਰਦਾਸ? ਕਹਿੰਦੇ ਹਾਂਜੀ ਬਾਬਾ ਜੀ, ਛੇਵੀਂ ਅਰਦਾਸ ਐਵੇਂ ਕਿ ਸਰੀਰ ਮੇਰਾ ਠੀਕ ਨਹੀਂ ਰਹਿੰਦਾ, ਦਰਦ ਬਹੁਤ ਹੁੰਦਾ ਗੋਡਿਆਂ ਵਿੱਚ, ਹੋਰ ਵੀ ਕਈ ਪੀੜ ਹੁੰਦੀਆਂ ਨੇ, ਆਪ ਜੀ ਅਰਦਾਸ ਕਰੋ ਦੇਹ ਅਰੋਗਤਾ ਹੋ ਜਾਏ। ਬਾਬਾ ਜੀ ਨੇ ਲਿਖ ਲਈ। ਕਹਿੰਦੇ ਹੁਣ ਅਰਦਾਸ ਕਰੀਏ? ਕਹਿੰਦੇ ਬਾਬਾ ਇੱਕ ਅਰਦਾਸ ਹੋਰ ਲਿਖ ਲਓ। ਕਹਿੰਦੇ 10 ਅਰਦਾਸ ਹੋਰ ਕੀ ਹੈ? ਕਹਿੰਦੇ ਬਾਬਾ ਜੀ ਮੈਂ ਜਦੋਂ ਰਾਤੀ ਸੌਂਦੀ ਹਾਂ ਨਾ, ਤੇ ਸੌਂਦੇ ਸੌਂਦੇ ਮੈਨੂੰ ਕਈ ਵਾਰੀ ਮਾੜੇ ਸੁਪਨੇ ਆ ਜਾਂਦੇ ਨੇ, ਡਰਾਵਨੇ ਸੁਪਨੇ ਆ ਜਾਂਦੇ ਨੇ, ਮੈਂ ਡਰ ਜਾਂਦੀ ਹਾਂ, ਇਹ ਵੀ ਅਰਦਾਸ ਕਰੋ ਬਾਬਾ ਜੀ ਉਹ ਵੀ ਖਤਮ ਹੋ ਜਾਣ। ਬਾਬਾ ਜੀ ਨੇ ਮੰਨ ਲਿਆ। 7 ਅਰਦਾਸਾਂ ਲਿਖ ਲਈਆਂ। ਕਹਿੰਦੇ ਹੁਣ ਅਰਦਾਸ ਕਰੀਏ? ਕਹਿੰਦੇ ਬਾਬਾ ਜੀ ਹਾਂਜੀ ਆਪ ਜੀ ਅਰਦਾਸ ਕਰੋ। ਤੇ ਬਾਬਾ ਜੀ ਨੇ ਕੀ ਕੀਤਾ, ਇਹ ਕਾਪੀ ਸੀ ਨਾ, ਕਾਪੀ ਦਾ ਪੰਨਾ ਮੋੜ ਦਿੱਤਾ, ਖਾਲੀ ਪੰਨਾ ਤੇ ਪੈਨ ਬਾਬਾ ਜੀ ਨੇ, ਬਾਬਾ ਗੁਰਮੁਖ ਸਿੰਘ ਜੀ ਨੇ ਬੀਬੀ ਗੁਰਦੀਪ ਕੌਰ ਦੇ ਅੱਗੇ ਰੱਖ ਦਿੱਤਾ। ਕਹਿੰਦੇ ਇਹ ਫੜ ਕਾਪੀ ਤੇ ਇਹ ਫੈਨ ਪੈਨ, ਹੁਣ ਜੋ ਤੂੰ ਬੋਲਿਆ ਅਸੀਂ ਲਿਖਿਆ ਵੇ, ਹੁਣ ਜੋ ਅਸੀਂ ਬੋਲ ਰਹੇ ਉਹ ਤੂੰ ਲਿਖ। ਕਹਿੰਦੇ ਬਾਬਾ ਜੀ ਅਰਦਾਸ ਤੁਸੀਂ ਕਰਨੀ, ਮੈਂ ਕਿਉਂ ਲਿਖਾਂ? ਤੁਸੀਂ ਅਰਦਾਸ ਕਰੋ ਗੁਰੂ ਨਾਨਕ ਦੇਵ ਜੀ ਚਰਨਾਂ ਵਿੱਚ ਕਿਰਪਾ ਹੋ ਜਾਏ। ਕਹਿੰਦੇ ਨਹੀਂ ਲਿਖ। ਕਹਿੰਦੇ ਬਾਬਾ ਜੀ ਲਿਖਾਓ ਜੋ ਹੁਣ ਤੁਸੀਂ ਪੜਿਆ ਵੇ ਨਾ। ਬਾਬਾ ਜੀ ਨੇ ਸਾਰਾ ਲਿਖਾਇਆ। ਕੀ ਲਿਖਾਇਆ? ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸ਼ਿਵਿਸ਼ਸ ਤੱਕ ਪੂਰਾ ਮੂਲ ਮੰਤਰ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਭੀ ਸਚ ਨਾਨਕ ਹੋਸ਼ਿਵਿਸ਼ਸ। ਬਾਬਾ ਜੀ ਨੇ ਇਹ ਲਿਖਾਇਆ ਜੋ ਗੁਰੂ ਨਾਨਕ ਦੇਵ ਜੀ ਵੇਈ ਧਰਤੀ ਤੋਂ ਲੈ ਕੇ ਆਏ, ਵੇਈ ਨਦੀ ਤੋਂ ਲੈ ਕੇ ਆਏ। ਜਦੋਂ ਲਿਖਾ ਦਿੱਤਾ ਨਾ, ਬਾਬਾ ਜੀ ਨੇ 3 ਉਂਗਲਾਂ ਉੱਪਰ ਕੀਤੀਆਂ। 3 ਉਂਗਲਾਂ ਵਿੱਚ ਕੀ ਸੀ ਕਿ ਇਹ ਪਹਿਲੀ ਉਂਗਲ 40 ਦਿਨ ਦੀ, ਦੂਜੀ ਉਂਗਲ 50 ਦਿਨ ਦੀ, ਤੀਜੀ ਉਂਗਲ 60 ਦਿਨ ਦੀ। ਹੁਣ ਤੇਰੇ ਮਨ ਵਿੱਚ ਤੂੰ 40 ਦਿਨ ਵਿੱਚ, ਤੂੰ 50 ਦਿਨ ਵਿੱਚ ਜਾਂ ਤੂੰ 60 ਦਿਨ ਵਿੱਚ 125,000 ਮੂਲ ਮੰਤਰ ਦਾ ਜਾਪ ਕਰਨਾ ਵੇ, ਆਪ ਗੁਰਦੁਆਰੇ ਜਾਣਾ, ਕੜਾ ਪ੍ਰਸ਼ਾਦ ਦੀ ਦੇਗ ਲੈਣੀ, ਕਿਸੇ ਨੂੰ ਨਹੀਂ ਕਹਿਣਾ, ਕਿਸੇ ਵਿਚੋਲੇ ਨੂੰ ਨਹੀਂ ਪਾਉਣਾ, ਆਪ ਖੜੇ ਹੋ ਕੇ ਗਲੇ ਵਿੱਚ ਹਜੂਰੀਆ ਪਾ ਕੇ ਅਰਦਾਸ ਕਰਨੀ ਹੈ ਕਿ ਬਾਬਾ ਜੀ ਮੈਂ 50 ਦਿਨ 125,000 ਮੂਲ ਮੰਤਰ ਦਾ ਜਾਪ ਕੀਤਾ ਹੈ, ਆਪ ਜੀ ਦੇ ਦਿੱਤੇ ਭੰਡਾਰੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਪਹਿਲੇ ਭੋਗ ਲਗਵਾਇਆ ਜਾਂਦਾ ਵੇ, ਅਰਦਾਸ ਬਾਅਦ ਵਿੱਚ ਹੁੰਦੀ ਹੈ। ਇਹ ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਜਦੋਂ ਵੀ ਅਰਦਾਸ ਹੁੰਦੀ ਹੈ ਤੇ ਪਹਿਲੇ ਭੋਗ ਲੱਗਦਾ, ਉਹਦੇ ਬਾਅਦ ਅਰਦਾਸ ਕੀਤੀ ਜਾਂਦੀ। ਕਦੇ ਆਪ ਜੀ ਸ਼ਹੀਦਾਂ ਸਾਹਿਬ ਜਾਓ ਜਾਂ ਕਦੇ ਦਰਬਾਰ ਸਾਹਿਬ, ਤੁਸੀਂ ਦੇਖੋ ਹਰਿਮੰਦਰ ਸਾਹਿਬ ਦੇ ਅੰਦਰ ਅਸੀਂ ਦੇਗ ਬਾਅਦ ਵਿੱਚ ਲੈ ਕੇ ਜਾਂਦੇ ਹਾਂ, ਕੜਾ ਪ੍ਰਸ਼ਾਦ ਦਾ ਜੋ ਭੋਗ ਹੈ ਉਹ ਪਹਿਲੇ ਲਗਵਾਉਂਦੇ ਹਾਂ।
ਕਿਉਂ? ਕਿਉਂਕਿ ਬਾਬਾ ਜੀ ਤੁਹਾਨੂੰ ਭੋਗ ਲੱਗ ਚੁੱਕਿਆ, ਹੁਣ ਤੁਹਾਡੇ ਕੋਲ ਅਸੀਂ ਆ ਰਹੇ ਹਾਂ, ਇਹ ਵੀ ਮਰਿਆਦਾ ਵੇ। ਤੇ ਕੜਾ ਪ੍ਰਸ਼ਾਦ ਦੀ ਦੇਗ ਫੜੀਏ, ਦੇਗ ਫੜ ਕੇ ਤੂੰ ਅਰਦਾਸ ਕਰਨੀ ਕਿ ਬਾਬਾ ਜੀ ਆਪ ਜੀ ਨੇ ਤਰਸ ਕਰਕੇ 50 ਦਿਨ ਵਿੱਚ 1.25 ਲੱਖ ਮੂਲ ਮੰਤਰ ਦੇ ਜਾਪ ਕੀਤੇ ਨੇ, ਇਹ ਸੱਤੋਂ ਅਰਦਾਸ ਬੋਲ ਦੇਣੀਆਂ ਨੇ ਕਿ ਬਾਬਾ ਜੀ ਮੈਂ ਇਸ ਇਸ ਕਰਕੇ ਇਹ ਪਾਠ ਕੀਤਾ ਵੇ, ਤੇ ਤੁਸੀਂ ਕਿਰਪਾ ਕਰੋ ਇਹ ਮੇਰਾ ਜੋ ਆਪਣਾ ਦੁੱਖ ਹੈ ਉਹ ਕੱਟਿਆ ਜਾਏ। ਤੇ 50 ਦਿਨ ਵਿੱਚ ਉਸ ਬੀਬੀ ਨੇ ਪਾਠ ਕੀਤੇ, ਕਰਦੇ ਕਰਦੇ ਜੋ ਯੂਟਿਊਬ ਤੇ ਹੈਗਾ ਆਪ ਜੀ ਸੁਣ ਲਿਓ, ਕਰਦੇ ਕਰਦੇ 12 ਸਾਲ ਬੀਤ ਗਏ। 12 ਸਾਲ ਬਾਅਦ, ਅੱਜ ਤੋਂ ਤਕਰੀਬਨ 40-50 ਸਾਲ ਪੁਰਾਣੀ ਗੱਲ ਹੈ, ਤੇ ਤਾਰ ਵਾਲੇ ਫੋਨ ਚੱਲਦੇ ਸੀ, ਅੱਜ ਕੱਲ ਮੋਬਾਈਲ ਹੈ, ਤੇ ਉਸ ਬੀਬੀ ਨੇ ਕੈਨੇਡਾ ਤੋਂ ਬਾਬਾ ਜੀ ਨੂੰ ਪਟਿਆਲੇ ਫੋਨ ਕੀਤਾ, ਬਾਬਾ ਗੁਰਮੁਖ ਸਿੰਘ ਜੀ ਨੂੰ, ਤੇ ਜਦੋਂ ਫੋਨ ਕੀਤਾ ਤੇ ਤਾਰ ਵਾਲੇ ਫੋਨ ਹੁੰਦੇ ਸੀ, ਇੱਕ ਸੇਵਾਦਾਰ ਨੇ ਫੋਨ ਚੁੱਕਿਆ ਤੇ ਕਹਿੰਦੀ ਮੈਂ ਬੀਬੀ ਗੁਰਦੀਪ ਕੌਰ ਬੋਲ ਰਹੀ ਕੈਨੇਡਾ ਤੋਂ, ਮੈਂ ਬਾਬਾ ਗੁਰਮੁਖ ਸਿੰਘ ਜੀ ਨਾਲ ਗੱਲ ਕਰਨੀ ਹੈ। ਤੇ ਕਹਿੰਦੇ ਆਪ ਜੀ ਰੁਕੋ, ਮੈਂ ਬਾਬਾ ਜੀ ਨੂੰ ਬੁਲਾਉਂਦਾ ਵਾਂ। ਬਾਬਾ ਜੀ ਆਏ, ਬਜ਼ੁਰਗ ਹੋ ਚੁੱਕੇ ਸੀ। ਬਾਬਾ ਜੀ ਨੇ ਹੈਲੋ ਬੋਲਿਆ, ਹੈਲੋ ਬੋਲ ਕੇ ਕਹਿੰਦੇ ਹਾਂਜੀ ਦੱਸੋ ਆਪ ਜੀ ਕੌਣ ਜੀ? ਕਹਿੰਦੇ ਬਾਬਾ ਜੀ ਮੈਂ ਗੁਰਦੀਪ ਕੌਰ। ਕਹਿੰਦੇ ਐਵੇਂ ਤੇ ਗੁਰਦੀਪ ਕੌਰ ਬਹੁਤ ਆਈਆਂ ਨੇ ਸਾਡੀ, ਜੋ ਸਾਡੇ ਕੋਲ ਅਰਦਾਸ ਕਰਾਣ, ਆਪ ਜੀ ਕੌਣ ਸੀ? ਬੀਬੀ ਗੁਰਦੀਪ ਕੌਰ, ਬਹੁਤ ਬੀਬੀਆਂ ਆਈਆਂ ਨੇ। ਕਹਿੰਦੇ ਬਾਬਾ ਜੀ ਮੈਂ ਉਹੀ ਬੀਬੀਆਂ ਜਿਹਨੇ ਤੁਹਾਨੂੰ ਕੈਨੇਡਾ ਵਿੱਚ 7 ਅਰਦਾਸਾਂ ਲਿਖਾਈਆਂ ਸਨ। ਸਾਰੇ ਆਖੋ ਵਾਹਿਗੁਰੂ। ਕਹਿੰਦੇ ਕਿਤਨੇ ਲੋਕ ਆਏ ਭੁੱਲ ਗਏ, ਲੇਕਿਨ ਤੂੰ ਨਹੀਂ ਭੁੱਲਦੀ, ਕਿਉਂਕਿ ਕਈ ਵਾਰੀ ਐਸਾ ਇੰਸੀਡੈਂਸ ਹੋ ਜਾਂਦਾ ਜੋ ਭੁੱਲਿਆ ਨਹੀਂ ਜਾਂਦਾ। ਕਹਿੰਦੇ ਕਿਤਨੇ ਲੋਕ ਆਏ ਭੁੱਲ ਗਏ, ਲੇਕਿਨ ਤੂੰ ਨਹੀਂ ਭੁੱਲਦੀ। ਕਹਿੰਦੇ ਕੀ ਬਣਿਆ ਤੇਰਾ? ਅੱਖਾਂ ਵਿੱਚੋਂ ਵੈਰਾਗ, ਅੱਖਾਂ ਵਿੱਚੋਂ ਅਥਰੂ ਆ ਗਏ, ਫੋਨ ਤੇ ਹੀ ਰੋਣਾ ਸ਼ੁਰੂ ਹੋ ਗਈ। ਕਹਿੰਦੀ ਬਾਬਾ ਜੀ ਪਤਾ ਨਹੀਂ ਕੌਣ ਸੀ ਦਵਾਈ ਦੇ ਗਏ ਹੋ, ਕੌਣ ਸੀ ਦਾਤ ਦੇ ਗਏ ਹੋ, ਕੌਣ ਸੀ ਕਿਰਪਾ ਕਰ ਗਏ ਹੋ, ਜੋ ਅੱਜ ਤੋਂ 12 ਸਾਲ ਪਹਿਲੇ ਆਪ ਜੀ ਨੇ ਮੂਲ ਮੰਤਰ ਸਾਨੂੰ ਦਿੱਤਾ ਸੀ, ਤੇ ਉਹ ਮੂਲ ਮੰਤਰ ਮੈਂ 50 ਦਿਨ ਵਿੱਚ ਕੀਤਾ, ਬਾਬਾ ਜੀ ਉਹਦਾ ਭੋਗ ਹੀ ਨਹੀਂ ਪਾਇਆ। 51ਵੇਂ ਦਿਨ ਮੈਂ ਫਿਰ ਸ਼ੁਰੂ ਕਰ ਦਿੱਤਾ, ਫਿਰ 50 ਦਿਨ ਬਾਅਦ ਭੋਗ, ਫਿਰ 51ਵੇਂ ਦਿਨ ਸ਼ੁਰੂ ਕਰਤਾ। ਕਹਿੰਦੇ ਬਾਬਾ ਜੀ ਐਸੀ ਕਿਰਪਾ ਹੋ ਗਈ ਹੈ, ਮੈਂ ਅੰਮ੍ਰਿਤ ਨਹੀਂ ਛਕਿਆ ਸੀ, ਮੈਂ ਅੰਮ੍ਰਿਤ ਛਕ ਲਿਆ, ਉਪਰੋਂ ਕਿਰਪਾਨ ਸਜਾ ਲਈ, ਚਿੱਟੇ ਵਸਤੇ ਪਹਿਨਣਾ ਸ਼ੁਰੂ ਕਰਤੇ, ਮੈਂ ਸਿਰ ਨੰਗਾ ਰੱਖਦੀ ਸੀ, ਸਿਰ ਤੇ ਕੇਸਕੀ ਬੰਨਣਾ ਸ਼ੁਰੂ ਕਰ ਦਿੱਤੀ, ਸਿਰ ਤੇ ਚੁੰਨੀ ਲੈਣਾ ਸ਼ੁਰੂ ਕਰਤੀ। ਬਾਬਾ ਜੀ ਮੇਰੇ ਅੰਦਰ ਇੱਕ ਨਿਰਮਲ ਭਾਉ ਆ ਗਿਆ, ਨਿਰਮਲ ਡਰ ਆ ਗਿਆ। ਕਹਿੰਦੇ ਬਾਬਾ ਜੀ ਹੁਣ ਮੇਰੇ ਕੋਲ ਬੀਬੀਆਂ ਆਉਂਦੀਆਂ ਨੇ, ਹੁਣ ਮੇਰੇ ਕੋਲ ਸੰਗਤ ਆਉਂਦੀ ਹੈ। ਕਹਿੰਦੀ ਤੁਸੀਂ ਕੀ ਕੀਤਾ ਜੋ ਤੁਹਾਡੀ ਸਾਰੀ ਅਰਦਾਸਾਂ ਪੂਰੀਆਂ ਹੋ ਗਈਆਂ? ਕਹਿੰਦੇ ਬਾਬਾ ਜੀ ਮੈਂ ਵੀ ਉਹੀ ਜੁਗਤੀ ਉਹੀ ਅਪਣਾ ਲੈਂਦੀ ਹਾਂ ਜੋ ਤੁਸੀਂ ਮੈਨੂੰ ਦੇ ਕੇ ਗਏ ਸੀ। ਮੈਂ ਵੀ ਇਹੀ ਕਹਿੰਦੀ ਹਾਂ ਕਿ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸ਼ਿਵੀ ਸਤ ਤੱਕ ਲਿਖੋ, ਤੇ 40 ਦਿਨ ਜਾਂ 50 ਦਿਨ ਜਾਂ 60 ਦਿਨ ਵਿੱਚ ਮੂਲ ਮੰਤਰ ਕਰਿਓ, ਗੁਰੂ ਨਾਨਕ ਦੇਵ ਜੀ ਖੁਦ ਕਿਰਪਾ ਕਰਨਗੇ। ਇਤਨੇ ਵੱਡੇ ਨੇ ਗੁਰੂ ਨਾਨਕ ਦੇਵ ਜੀ, ਜੋ 2 ਦਾਤਾਂ ਲੈ ਕੇ ਆਏ, ਇੱਕ ਨਿਮਰਤਾ ਦੀ ਦਾਤ, ਇੱਕ ਮੂਲ ਮੰਤਰ ਗੁਰਬਾਣੀ ਦੀ ਦਾਤ। ਤੇ ਅੱਜ ਵੀ ਅਗਰ ਅਸੀਂ ਗੁਰਬਾਣੀ ਤੋਂ ਟੁੱਟ ਰਹੇ ਹਾਂ ਤੇ ਗਲਤੀ ਸਾਡੀ ਹੈ। ਸਾਡੇ ਕੋਲ ਤੇ ਖਜ਼ਾਨਾ ਵੇ, ਘਰ ਵਿੱਚ 5 ਲੱਖ ਪਿਆ ਹੋਏ, ਘਰ ਵਿੱਚ 20 ਲੱਖ ਪਿਆ ਹੋਏ, ਔਰ ਸਿਰ ਤੇ ਕਰਜ਼ਾ ਹੋਏ, ਔਰ ਉਹਨੂੰ ਵਰਤੀਏ ਨਾ, ਤੇ ਫਿਰ ਗਲਤੀ ਕਿਹਦੀ ਹੈ? ਗਲਤੀ ਸਾਡੀ। ਘਰ ਵਿੱਚ ਖਜ਼ਾਨਾ ਵੇ, ਲੇਕਿਨ ਅਸੀਂ ਵਰਤ ਨਹੀਂ ਰਹੇ ਹਾਂ। ਜਿਸ ਦਿਨ ਵਰਤਣਾ ਸ਼ੁਰੂ ਹੋ ਜਾਵਾਂਗੇ ਨਾ, ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਪਏਗੀ। ਗੁਰੂ ਨਾਨਕ ਦੇਵ ਜੀ ਇਤਨੇ ਵੱਡੇ ਨੇ, ਤੂੰ ਕੱਲਾ ਕੀ ਮੰਗਦਾ, ਜਾਂ ਤੇਰੇ ਉੱਪਰ ਐਸੀ ਕਿਰਪਾ ਕਰ ਦਾਂਗਾ ਕਿ ਤੂੰ ਕੱਲਾ ਕੀ ਮੰਗਦਾ, ਤੂੰ ਦੇਣ ਵਾਲਾ ਬਣ ਜਾਏਗਾ। ਇਤਨੇ ਵੱਡੇ ਨੇ ਗੁਰੂ ਨਾਨਕ ਦੇਵ ਜੀ। ਕਿਸੇ ਪਿਆਰ ਵਾਲੇ ਨੇ ਵੀ ਕਿਹਾ ਵੇ ਕਿ ਕਤਰੇ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰ ਦਿਆ। ਅਗਰ ਜਿਹਦੇ ਉੱਪਰ ਥੋੜੀ ਸੀ ਵੀ ਰਹਿਮਤ ਹੋ ਗਈ ਨਾ, ਉਹ ਬੰਦੇ ਨੂੰ ਵੀ ਖੁਦਾ ਬਣਾ ਦਿੰਦੀ ਹੈ, ਜਿਵੇਂ ਬੀਬੀ ਗੁਰਦੀਪ ਕੌਰ। ਗੁਰੂ ਸਾਹਿਬ ਜੀ ਕਿਰਪਾ ਕਰ, ਇੰਨੀ ਸੇਵਾ ਆਪ ਜੀ ਪ੍ਰਵਾਨ ਕਰ ਲਿਓ। ਤੇ ਹੁਣ ਜਿੰਨਾ ਸਮਾਂ ਸੀ ਸਮਾਪਤੀ, ਭਾਈ ਕਮਲਜੋਤ ਸਿੰਘ ਜੀ ਨੌਸ਼ਹਿਰੇ ਵਾਲੇ ਤਕਰੀਬਨ 1.25 ਘੰਟਾ ਉਹ ਆਪ ਜੀ ਦੇ ਕੀਰਤਨ ਵਿੱਚ ਹਾਜ਼ਰੀ ਭਰਨ ਦੇ, ਤੇ ਸਾਰੀ ਸੰਗਤ ਐਵੇਂ ਟਿੱਕੇ ਬੈਠੇ ਹੋ। ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਨ ਦੀ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਇੱਕ ਅਨਾਊਂਸਮੈਂਟ ਹੈ ਤੁਹਾਡੇ ਚਰਨਾਂ ਵਿੱਚ, ਜੋ ਪਿੰਡਾਂ ਦੀ ਸੰਗਤ ਬੈਠੀ ਹੈ, 2 ਤਾਰੀਖ ਨੂੰ ਨਗਰ ਕੀਰਤਨ ਹੈ ਤਿਲਰ ਵਿਖੇ, ਸਾਰੀ ਟੀਮ ਇੱਥੋਂ ਜਾਂਦੀ ਹੈ, ਕੁਟੀਆਂ ਦੀ ਕਮੇਟੀ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ। ਤੇ ਜਿੰਨਾ ਕੋਲ ਵੀ ਸਮਾਂ ਹੋਏ 2 ਤਾਰੀਖ ਨੂੰ ਆਪ ਜੀ ਤਿਲਰ ਆਓ, ਉੱਥੇ ਬਹੁਤ ਲੋੜ ਹੈ ਪ੍ਰਚਾਰ ਦੀ। ਸਿਕਲੀ ਘਰ ਸੰਗਤ ਹੈ, 1.5-2 ਹਜ਼ਾਰ ਬੰਦਾ ਉੱਥੇ, ਲੇਕਿਨ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਮਾਇਆ ਵਾਲਿਆਂ ਨੂੰ ਹਰ ਕੋਈ ਪੁੱਛਦਾ ਵੇ, ਜੋ ਮਾਇਆ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿੱਥੇ ਮਾਇਆ ਨਹੀਂ ਹੁੰਦੀ ਉੱਥੇ ਪ੍ਰਚਾਰਕ ਨਹੀਂ ਜਾਂਦੇ। 2 ਤਾਰੀਖ ਨੂੰ ਉੱਥੇ ਨਗਰ ਕੀਰਤਨ ਹੈ, 3 ਤਾਰੀਖ ਨੂੰ ਕੀਰਤਨ ਹੈ, ਤੇ ਜਿੰਨਾ ਕੋਲ ਸਮਾਂ ਹੋਏ ਆਪ ਜੀ ਜ਼ਰੂਰ ਆਓ। 2 ਤਾਰੀਖ ਨੂੰ ਨਗਰ ਕੀਰਤਨ, ਸਾਰੀ ਟੀਮ ਇੱਥੋਂ ਹੀ ਜਾਂਦੀ ਹੈ, ਤੇ ਗੁਰੂ ਸਾਹਿਬ ਜੀ ਕਿਰਪਾ ਕਰਨ, ਹੋਰ ਵੀ ਜੋ ਬੇਨਤੀਆਂ ਨੇ ਉਹ ਬਾਅਦ ਵਿੱਚ ਕੀਤੀ ਜਾਂਦੀਆਂ। ਇਤਨੀ ਸੇਵਾ ਆਪ ਜੀ ਪ੍ਰਵਾਨ ਕਰ ਲੈਣੀ ਜੀ।
ਭੁੱਲ ਚੁੱਕਾਂ ਦੀ ਮਾਫ਼ੀ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਆਗਮਨ ਦਿੰਦੀਆਂ ਬਹੁਤ ਬਹੁਤ ਵਧਾਈਆਂ, ਅਤੇ ਸਾਨੂੰ ਵੀ ਅਸੀਸ ਦੇ ਕੇ ਜਾਇਓ। ਪੰਜ ਵਾਰ ਵਾਹਿਗੁਰੂ ਬੋਲ ਕੇ ਮੈਨੂੰ ਜ਼ਰੂਰ ਅਰਦਾਸ ਆਪ ਜੀ ਕਰਿਓ ਅਸੀਸ ਦੇਣਾ ਕਿ ਰਹਿੰਦੇ ਸਵਾਸ ਜਿਤਨੇ ਸਵਾਸ ਬਾਬਾ ਜੀ ਨੇ ਬਖਸ਼ੇ ਨੇ ਉਹ ਬਾਬਾ ਜੀ ਰਹਿੰਦੇ ਸਵਾਸ ਚੁੱਕਣ, ਨਿਮਰਤਾ ਨਿਰਵੈਰਤਾ ਵਿੱਚ ਸੇਵਾ ਲੈ ਲੈਣ। ਸਾਰੇ ਆਖੋ ਵਾਹਿਗੁਰੂ 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 ਵਾਹਿਗੁਰੂ। ਇਹ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਕਿ ਆਪ ਜੀ ਮਾਂ ਪਿਓ ਬਣ ਕੇ ਜ਼ਰੂਰ ਅਰਦਾਸ ਕਰਿਓ, ਕਿਉਂਕਿ ਤੁਹਾਡਾ ਹੀ ਬੂਟਾ ਵੇ ਲਗਾਇਆ ਹੋਇਆ ਅਤੇ ਜਿੱਥੋਂ ਜਿੱਥੋਂ ਟਿਕਣ ਜਾਏਗਾ ਅਤੇ ਤੁਹਾਡੀ ਹੀ ਖੁਸ਼ਬੂ ਫੈਲੇਗੀ। ਤੁਸੀਂ ਕਿਰਪਾ ਕਰਨੀ, ਅਰਦਾਸ ਕਰਨੀ। ਸਾਰੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ